ਚੱਕ ਦੋ ਬੰਦੇ ਨਹੀਂ ਮਿਲਦਾ ਪੈ ਕਣਕ ਕੱਟਣੀ ਆ ਕਣਕ ਆਪਾਂ ਕਰੀਆਂ ਕਣਕ ਆਪਾਂ ਕਰੀਆਂ ਓਏ ਓਏ ਸੋਨੇ ਰੰਗੀਆਂ ਕਣਕਾਂ ਪੱਕੀਆਂ ਪਈਆਂ ਹਜ਼ਾਰਾਂ ਕਿੱਲੇ ਬੰਦੇ ਨਹੀਂ ਮਿਲਦੇ ਪਏ ਚੱਲੇ ਆ ਜੀ ਫਾਰਮ ਵਰਕਰਾਂ ਦਾ ਪਤਾ ਕਰਨ ਮਾਲਕਾਂ ਦੇ ਕੋਲ ਪੱਕੀਆਂ ਕਣਕਾਂ ਉਹ ਪੱਕੀਆਂ ਕਣਕਾਂ ਕੈਨੇਡਾ ਦੀਆਂ ਕਣਕਾਂ ਪੱਕੀਆਂ ਨੀ ਮਾਏ ਧੀਆਂ ਅੱਕੀਆਂ ਨੀ ਮਾਏ ਹਲੋ ਚੱਕ 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 ਖੱਚ ਖੱਚ ਕੁੜੀ ਖੱਚ ਕਰਦਾ ਸ਼ੇਰ ਚੱਲਦੀ ਚੱਲ ਵੀ ਸਭ ਵੀ ਪਿੰਡ ਦੇ ਰੂੜ ਵਾਲਿਆ ਥੈਂਕ ਯੂ ਤੇਰਾ ਲੈ ਕੇ ਚੱਲਾ ਤੂੰ ਮੈਨੂੰ ਸਸਕਾ ਡੂਣ ਅਰੇ ਬਾਈ ਸਸਕਾ ਡੂਣ ਦੇਖੋ ਫਾਰਮੀ ਫਾਰਮ ਵਾਲੇ ਦੁਆਲੇ ਕੋਈ ਘਰ ਨਹੀਂ ਇੱਕ ਸੈਂਟ ਸਾਹ ਚੜ ਗਿਆ ਇੱਕ ਸੈਂਟ ਕਿੱਥੋਂ ਦੇਖਦੇ ਤੇ ਕਿੰਨੇ ਸ਼ੇਰ ਦੋ ਚੀਜ਼ਾਂ ਸਵੇਰੇ ਸਵੇਰੇ ਤੁਹਾਨੂੰ ਦਰਸ਼ਨ ਕਰਾ ਤੇ ਜਿਹੜਾ ਕਰੂੰ ਸ਼ੇਰ ਲੀਲੀ ਲੀਲੀ ਛੱਤ ਵਾਲਾ ਕਰੂੰ ਮੇਰ ਸ਼ੇਰ ਕਹਿੰਦਾ ਨਤੀਜਾ ਲਵ ਯੂ ਦਾ ਬੀਜਾ ਦੇਖੋ ਜੀ ਬੰਦੇ ਚਾਹੀਦੇ ਆ ਕਣਕਾਂ ਨੂੰ ਕੱਟਣ ਨੂੰ ਸਾਰਾ ਸਸਕਾ ਜੂਣ ਵਿਹਲਾ ਪਿਆ ਬੰਦੇ ਨਹੀਂ ਮਿਲਦੇ ਕਣਕਾਂ ਕੱਟਣੀਆਂ ਦੇਖੋ ਕਣਕਾਂ ਪੱਕੀਆਂ ਪਈਆਂ ਕੋਈ ਘਰ ਨਹੀਂ ਆਲੇ ਦੁਆਲੇ ਕੋਈ ਕੁਛ ਨਹੀਂ ਇੱਕ ਗੱਲ ਆ ਮਿੱਤਰੋ ਤੁਹਾਨੂੰ ਸਿੱਧੀ ਪੰਜਾਬੀ 'ਚ ਸਮਝਾਉਣਾ ਹਰ ਕੋਈ ਕੈਨੇਡਾ ਆਉਣਾ ਚਾਹੁੰਦਾ ਉਹਦੇ ਲਈ 5 ਬੈਂਡ ਚਾਹੀਦੇ ਆ ਜੇ ਤੁਸੀਂ ਆਈਲੈਟ ਨਹੀਂ ਕਰ ਸਕਦੇ ਫਾਰਮ ਵਰਕਰ ਤੇ ਆਉਂਦੇ ਆ ਬਿਨਾਂ ਆਈਲੈਟ ਤੋਂ ਅਨਪੜ੍ਹ ਵੀ ਆਉਂਦੇ ਆ ਪਰ ਇੱਥੇ ਆ ਕੇ PR ਨਹੀਂ ਮਿਲਦੀ ਉਹ ਫਿਰ ਤੁਹਾਡੀ ਮਰਜ਼ੀ ਆ ਸਮਝ ਗਿਆ ਮੈਂ ਕੀ ਕਹਿਣਾ ਚਾਹੁੰਦਾ ਆਈਲੈਟ ਤੋਂ ਬਿਨਾਂ ਆਉਂਦੇ ਆ ਬੰਦੇ ਆਏ ਫਾਰਮ ਵਰਕਰ 'ਚ ਆਉਂਦੇ ਆ ਅਨਪੜ੍ਹ ਬੰਦੇ ਆਉਂਦੇ ਜਿਹੜੇ ਕਦੀ ਸਕੂਲ ਨਹੀਂ ਗਏ ਪਰ ਉਹ ਫਿਰ ਇੱਥੇ ਜੋਗੇ ਹੀ ਰਹਿ ਜਾਂਦੇ ਆ ਇਹ ਹਿਸਾਬ ਕਿਤਾਬ ਆ ਅਤੇ ਫਾਰਮ ਵਰਕਰ ਆਉਂਦੇ ਬਿਨਾਂ ਆਈਲੈਟ ਤੋਂ ਅਤੇ ਸ਼ੇਅਰ ਦੱਸੋ ਜੀ ਦੇਖੋ ਚਰਨਜੀਤ ਸਿੰਘ ਸਾਬੀ ਹੋਰ ਕਿੱਥੇ ਆ ਰਹੇ ਆ ਸਸਕਾ ਟੂਣ ਸਵੇਰ ਦੇ 2 ਵਜੇ ਤੁਰੇ ਹੋ ਸੌਖੀ ਨਹੀਂ ਕਮਾਈ ਮਿੱਤਰੋ ਕਹਿੰਦੇ ਕਣਕ ਦੀ ਸਰੀਰ ਤੋਂ ਨੋਟ ਚੱਕਣੇ ਕਿੱਥੋਂ ਦੇਖਦੇ ਆ ਸ਼ਹਿਰ ਤੇ ਸ਼ੇਰ ਦੋ ਚੀਜ਼ਾਂ ਤੀਜੀ ਚੀਜ਼ ਨਹੀਂ ਲਿਖਣੀ ਮੀਨਾਕਸ਼ੀ ਕੌਰ 40 ਸ਼ੇਰ ਰਿੰਕੂ ਸਰੋਏ 20 ਸ਼ੇਰ ਸ਼ਹਿਰ ਤੇ ਸ਼ੇਰ ਆਹਦੇ ਚਟਾਲਾ ਵੀ ਆ ਜੀ ਚਟਾਲਾ ਪਸ਼ੂਆਂ ਦੇ ਕੱਟਣ ਲਈ ਚਟਾਲਾ ਵੀ ਚਾਹੀਦਾ ਮੰਡ ਕਹਿੰਦਾ ਸਾਹ ਲੈ ਲਿਆ ਕਹਿ ਦਿਆ ਇਹ ਮੰਡ ਵੀਰਾ ਆਪਣੇ ਨਾਲ ਸਪੇਨ 'ਚ ਸੀ ਹਾਂ ਹਾਂਜੀ ਹਾਂਜੀ ਉਹ ਪੱਕੀ ਆਦਰ ਕੱਚੀ ਕਣਕ ਹੈ ਉਹ ਪੱਕੀ ਕਣਕ ਸੀ ਆ ਛੋਲੇ ਲੱਗਦੇ ਆ ਤੁਹਾਨੂੰ ਦਿਖਾਉਣਾ ਅਡਾਨੀਆਂ ਦੇ ਗੋਦਾਮ ਵੀ ਹੋਣ ਵਾਲੇ ਮੋਹਰੇ ਉਹ ਸਾਰੇ ਟ੍ਰੇਨ ਹੀ ਥੱਲੇ ਲਾ ਦਿੰਦੇ ਆ ਮਾੜੀ ਜਿਹਾ ਗਾਂ ਦਿਖਾਉਣਾ ਪਿੱਛੇ ਬਹੁਤ ਆ ਗੋਦਾਮ ਆ ਜੀ ਆ ਛੋਲੇ ਆ ਜੀ ਹਰੇ ਹਰੇ ਦੇਖੋ ਜਿੱਥੇ ਤੱਕ ਨਿਗਾਹ ਜਾਂਦੀ ਆ ਕੋਈ ਸਾਲਾ ਘਰ ਨਹੀਂ ਸਾਨੂੰ 5 ਘੰਟੇ ਹੋਏ ਤੁਰਿਆਂ ਨੂੰ ਐਡਮਿੰਟਨ ਤੋਂ 2-3 ਵਜੇ ਦੇ ਤੁਰੇ ਹੋ ਦੇਖ ਲਓ ਆਹੀ ਚੀਜ਼ ਆਈ ਗਈ ਮੈਂ ਕਿਹਾ ਜਦੋਂ ਨੇੜੇ ਪਹੁੰਚੂਗੇ ਹੈ ਨਾ ਫੇਰ ਲਾਈਵ ਕਰੂੰ ਕੀ ਆ ਦੇਖ ਲਓ ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਆ ਕੋਈ ਘਰ ਨਹੀਂ ਬਾਈ ਜੀ ਇਹ ਜਿਹੜੀ ਪ੍ਰੋਵਿੰਸ ਆ ਸਸਕਾਚੂਨ ਇਹ ਇੰਗਲੈਂਡ ਤੋਂ 6 ਏਰੀਏ 'ਚ ਉਹ ਦੇਖੋ ਬੰਦੇ ਨਹੀਂ ਮਿਲਦੇ ਟਰੱਕ 2-2 ਭਾਗੇ ਭੇਜ ਦਿੰਦੇ ਆ ਹਨਾ ਮਤਲਬ ਏਰੀਏ 'ਚ ਜਿੰਨਾ ਇੰਗਲੈਂਡ ਦਾ ਏਰੀਆ ਆ ਉੱਤੋਂ 6 ਜ਼ਿਆਦਾ ਬੜੀ ਆ ਹਨਾ ਅਤੇ ਇੰਗਲੈਂਡ ਦੀ ਆਬਾਦੀ ਹੈਗੀ 8-9 ਕਰੋੜ ਅਤੇ ਇੱਥੇ ਦੀ ਆਬਾਦੀ ਹੈਗੀ 10 ਲੱਖ ਸੋ ਸਾਰਾ ਤਾਂ ਖਾਲੀ ਪਿਆ ਤੁਸੀਂ ਵਸਾਉਣਾ ਦੇਖੋ ਮੈਂ ਝੂਠ ਨਹੀਂ ਕਹਿੰਦਾ ਉਹਨਾਂ ਕੈਨੇਡਾ ਖਾਲੀ ਪਿਆ ਤੁਹਾਨੂੰ ਮੈਂ ਅੱਖੀ ਦਿਖਾਉਣਾ ਮੈਂ ਸਪੈਸ਼ਲ ਨਹੀਂ ਮੈਨੂੰ ਕਿਹੜਾ ਬਾਈ ਕੁੱਤੇ ਨੇ ਵੱਢਿਆ ਸੀ ਇਹਨੇ ਮੁੜ ਕੇ ਸਾਬੀ ਨੇ ਐਡਮਿੰਟਨ ਹੀ ਜਾਣਾ ਸੀ ਅਤੇ ਕੱਲ੍ਹ ਨੂੰ ਸਰੀ ਜਾਣਾ ਸੀ ਮੈਂ ਘਰੇ ਸੁੱਤਾ ਰਹਿੰਦਾ ਨਹੀਂ ਮੈਂ ਕਿਹਾ ਮੈਂ 2 ਵਜੇ ਉੱਠਣਾ ਆਪਣੇ ਵੀਰਾਂ ਭਰਾਵਾਂ ਨੂੰ ਦਿਖਾਉਣਾ ਕੈਨੇਡਾ ਤਾਂ ਮੈਂ ਆਇਆ ਨਹੀਂ ਮੈਂ ਸੁੱਤਾ ਰਹਿੰਦਾ ਮੈਂ ਤਾਂ ਸਰੀ ਜਾਣਾ ਮੈਂ ਕੀ ਕਰ ਰਿਹਾ ਮੈਂ ਸਸਕਾ ਟੂਰ ਇਹਨੇ ਆਪਣੇ ਲੋਡ ਲਾ ਕੇ ਚੱਲ ਜਾਣਾ ਇਹ ਹਿਸਾਬ ਕਿਤਾਬ ਆ ਟਾਈਮ ਕਿੰਨਾ ਹੋ ਗਿਆ ਬਾਈ ਜੀ ਟਾਈਮ 7:52 ਸਵੇਰ ਦਾ ਖੜੀਆਂ ਕਿ ਨਹੀਂ ਮਸ਼ੀਨਾਂ ਬੰਦੇ ਚਾਹੀਦੇ ਮਸ਼ੀਨਾਂ ਖੜੀਆਂ ਏਦਾਂ ਹੀ ਜੌਨ ਡੀਅਰ ਦੇ ਟਰੈਕਟਰ ਖੜੇ ਆ ਜਿੱਦਾਂ ਉਹ ਬੱਲੇ 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 ਬੋਬ ਗੈਟਾ ਮਸ਼ੀਨਾਂ ਓ ਕਰੇਨਾ ਓ ਖੇਤੀ ਦੇ ਸੰਦ ਹੈ ਬਾਈ ਜੀ ਇਹ ਜਿਹੜੀ ਸਟੇਟ ਹੈ ਖੇਤੀ ਵਾਲੀ ਸਟੇਟ ਆ ਸਾਰੀ ਉਹ ਟਰੈਕਟਰ ਉੱਤੇ ਹੀ ਖੜੇ ਚਲਾਉਣ ਲਈ ਡਰਾਈਵਰ ਹੀ ਨਹੀਂ ਮਿਲਦੇ ਪਏ ਦੇਖੋ ਭੈ ਟਰੈਕਟਰ ਸਾਲੇ ਝੋਟੇ ਦੇ ਸਿਰ ਅੜ ਗਏ ਉਹ ਬੱਲੇ 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 ਕਿਸਾਨ ਮਜ਼ਦੂਰ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਲਾਇਆ ਹਿੰਦੀ ਜਸਵਾਲ ਨੇ ਸ਼ੇਅਰ ਕਰੋ ਵੱਧੋ ਵੱਧ ਕਲਿੱਕ ਕਰ ਦਿਓ ਮੇਰੇ ਸਵੇਰ ਦੇ 2 ਵਜੇ ਉੱਠਣ ਦਾ ਮੁੱਲ ਪਾ ਦਿਓ ਸਾਬੀ ਨੇ ਤਾਂ ਦਿਹਾੜੀ ਪਾ ਲੈਣੀ ਮੈਂ ਕੁੱਤੇ ਭਗਾਈ ਕਰਕੇ ਏਦਾਂ ਹੀ ਚੱਲ ਜਾਣਾ ਆ ਦੇਖ ਹੱਸਦਾ ਮਿੰਨਾ ਹੱਸਦਾ ਸਾਰੇ ਖਾਲੀ ਬਾਈ ਜੀ ਪਿਛਲੇ 5 ਘੰਟੇ ਤੋਂ
ਤੁਸੀਂ ਭਾਵੇਂ ਸਰਚ ਕਰ ਲਓ ਨੈਟ ਤੇ, ਉਹ ਦੇਖੋ ਮਸ਼ੀਨਾਂ ਕਿੱਦਾਂ ਖੜੀਆਂ ਆ, ਕਣਕਾਂ ਵੱਢਣ ਲਈ ਬੰਦੇ ਨਹੀਂ ਮਿਲਦੇ ਪਏ। ਦੇਖੋ ਫੇਰ ਦੱਸਾਂ ਏਰੀਏ 'ਚ ਇਹ ਛੇ ਉਹ ਜ਼ਿਆਦਾ ਵੱਡਾ ਪੂਰੇ ਇੰਗਲੈਂਡ ਦੇਸ਼ ਨਾਲੋਂ, ਅਤੇ ਆਬਾਦੀ ਹੈਗੀ ਸੀ 10 ਲੱਖ ਅਤੇ ਇੰਗਲੈਂਡ ਦੀ ਹੈਗੀ 10 ਕਰੋੜ। ਸੋ ਇੱਥੇ ਹੀ ਪੰਜਾਬ ਦੀ ਆਬਾਦੀ 3 ਕਰੋੜ ਤੋਂ ਜ਼ਿਆਦਾ। ਪੰਜਾਬ ਕੀ ਭਰਾਵੋ, ਪੂਰਾ ਇੰਡੀਆ ਹੀ ਭਾਵੇਂ ਕੈਨੇਡਾ 'ਚ ਲੈ ਕੇ ਸਿੱਟ ਦਿਓ ਤਾਂ ਵੀ ਨਹੀਂ ਭਰਨਾ, ਹੈ ਨਾ ਸਾਲੀ, ਜਿੱਧਰ ਨਿਗਾਹ ਜਾਂਦੀ ਖਾਲੀ। ਮੋਦੀ ਨੂੰ ਨਾ ਲਿਆ ਚਰਨਜੀਤ ਸਿੰਘ, ਹਾਂਜੀ ਹਾਂਜੀ, ਕਿੱਥੋਂ ਦੇਖਦੇ ਅਤੇ ਕੀ ਕਿੰਨੇ ਸ਼ੇਅਰ, ਦੋ ਚੀਜ਼ਾਂ ਆ ਜਾਓ। ਹੁਣ ਰੇਂਜ ਨਹੀਂ ਉੜਨੀ, ਪਿੱਛੇ ਰੇਂਜ ਦਾ ਥੋੜ੍ਹਾ ਚੱਕਰ ਸੀ ਤਾਂ ਲਾਈਵ ਲੇਟ ਸ਼ੁਰੂ ਹੋਇਆ। ਉਹ ਦੇਖੋ ਮਸ਼ੀਨਾਂ ਖੜੀਆਂ ਕਿ ਨਹੀਂ, ਕਹਾਂ ਤੁਹਾਨੂੰ ਦਿਖਾਉਂਦੇ ਜਿਹੜੇ ਅਡਾਨੀਆਂ ਦਾ ਸਿਸਟਮ, ਉਹ ਇੱਥੇ ਵੀ ਚੱਲਦਾ। ਇੱਥੇ ਕੰਟੈਕਟ ਫਾਰਮਿੰਗ ਚੱਲਦੀ ਆ, ਪਰ ਇੱਥੇ ਹੋਰ ਸਿਸਟਮ ਆ, ਉਹ ਵੀ ਦੱਸਾਂਗੇ ਤੁਹਾਨੂੰ। ਇੱਥੇ ਸਕਸੈਸ ਵਾਲਾ ਸਿਸਟਮ ਆ, ਹਾਂ ਇੱਥੇ ਪੈਸਾ, ਇੱਥੇ ਛੋਟੇ ਕਿਸਾਨ ਤਾਂ ਹੈ ਹੀ ਨਹੀਂ ਗੇ, ਜਿੱਦਾਂ ਸਾਡੇ ਸੀ ਮੁੰਡਾ ਡੱਬਿਆਂ ਦਾ, ਸਾਡੇ ਸਾਲੇ ਦੋ ਕਨਾਲ ਆ, ਦੋ ਕਨਾਲ ਸਾਡੇ ਹੈਗੇ ਗਰਨੇ, ਦੋ ਕਨਾਲ ਹੈਗੇ ਮੈਰੇ, ਦੋ ਕਨਾਲ ਹੈਗੇ ਬੁਲੰਦੀਆਂ, ਹੈ ਨਾ ਜਗ੍ਹਾ ਵੰਡੀ ਹੋ ਸਾਡੀ, ਮੋਸਟਲੀ 1 ਕਿੱਲਾ ਬਣਦਾ ਟੋਟਲ ਕੁੱਲ ਮਿਲਾ ਕੇ, ਹੈ ਨਾ। ਲਓ ਜੀ ਦੇਖੋ ਜੀ, ਵੈਰੀ ਗੁੱਡ ਵੀਰ ਜੀ, ਥੈਂਕ ਯੂ ਥੈਂਕ ਯੂ। ਸ਼ੇਅਰ ਸ਼ੇਅਰ ਅਤੇ ਸ਼ੇਅਰ ਦੋ ਚੀਜ਼ਾਂ, ਅਤੇ ਐਂਡ 'ਚ ਕਲਿੱਕ ਦਾ ਕਹਿਣਾ ਲਾਈਵ ਆਪਾਂ ਜੇ ਰੱਖਣਾ 40-50 ਮਿੰਟ। ਗੁੱਡ ਮਾਰਨਿੰਗ, ਦੇਖੋ ਖੜੀਆਂ ਨਹੀਂ ਮਸ਼ੀਨਾਂ ਬੰਦੇ, ਜੇ ਤੁਹਾਨੂੰ ਆਹ ਮਸ਼ੀਨਾਂ ਚਲਾਉਣੀਆਂ ਆਉਂਦੀਆਂ ਤੁਹਾਡਾ ਵੀਜ਼ਾ ਪੱਕਾ। ਦੇਖੋ ਇਹ ਜਿਹੜੀ ਸਟੇਟ ਹੈ, ਹੈਗੀ ਖੇਤੀ ਵਾਲੀ ਸਾਰੀ, ਜਿੱਥੇ ਕਣਕ ਛੋਲੇ ਅਤੇ ਸਰੋਂ, ਹੋਰ ਕੁਛ ਇੱਥੇ ਹੁੰਦਾ ਹੀ ਨਹੀਂ ਦੇਖੋ। ਸੋ ਤੁਸੀਂ ਆਪ ਹਿਸਾਬ ਲਾ ਲਓ, ਜਿਹੜੀਆਂ ਮਾਰਕੀਟਾਂ ਵੀ ਆਈਆਂ ਉਹ ਵੀ ਖੇਤੀ ਦੇ ਸਮਾਨ ਵਾਲੀਆਂ ਹੀ ਆਈਆਂ, ਹੈ ਨਾ, ਇੱਧਰ ਵੀ ਉਹੀ ਇੱਧਰ ਵੀ ਉਹੀ, ਹੈ ਨਾ। ਉਹ ਲਓ ਦੇਖ ਸਕਦੇ ਬਾਈ ਜੀ, ਕਦੀ ਆਪਾਂ ਝੂਠ ਨਹੀਂ ਬੋਲੀਦਾ, ਕਦੀ ਕਿਸੇ ਨੂੰ ਆਪਾਂ ਹਰ ਇੱਕ ਨੂੰ ਸਹੀ ਰਾਹ ਪਾਉਣ ਦੀ ਕੋਸ਼ਿਸ਼ ਕਰੀਦੀ ਆ। ਤੇ ਪਹੁੰਚ ਗਏ ਸਸਕਾਟੂਨ, ਉਹ ਸਸਕਾਟੂਨ ਹਾਇਓ ਸਸਕਾਟੂਨ। ਲਓ ਖਾਲੀ ਦੀਦਾ ਕੁਛ ਆਲੇ ਦੁਆਲੇ, ਸਾਡਾ 5 ਘੰਟੇ ਤੱਕ ਕੋਈ ਸ਼ਹਿਰ ਹੀ ਨਹੀਂ ਆਇਆ ਜਦੋਂ ਐਡਮਿੰਟਨ ਤੋਂ ਤੁਰੇ ਹੁਣ ਆਇਆ, ਅਤੇ ਗਾਂਹ 10 ਘੰਟੇ ਗਾਂਹ ਚੱਲ ਜਾਓ, ਫੇਰ ਨਹੀਂ ਆਉਣਾ, ਹੈ ਨਾ। 1 ਮਿੰਟ ਰੁਕ ਜਾਓ, ਘੁੱਟ ਰੈਡਬੁੱਲ ਦਾ ਭਰ ਲਵਾਂ ਭਰਾਵੋ, ਪਹਿਲਾ ਘੁੱਟ ਮਾੜੀ ਆ, ਉੱਦਾਂ ਪੀਣੀ ਪੈਂਦੀ, ਕੀ ਕਰੀਏ। ਲਾਈਕ ਵੀਕ 'ਚ 2 ਵਾਰ ਠੀਕ ਆ, ਡੇਲੀ ਤਾਂ ਬਹੁਤ ਮਾੜੀ ਆ। ਇੱਕ ਗੋਰੀ ਨੇ ਪੀਤੀਆਂ ਇੰਗਲੈਂਡ 'ਚ, 16 ਕੱਟੀਆਂ ਨਹੀਂ ਹੋ ਗਈ ਸੀ। ਆਹ ਬਹੁਤ ਡਰਾਈਵਰਾਂ ਦੀ ਬੜੀ ਡਿਮਾਂਡ ਆ। ਹਾਂਜੀ ਨਾਂ ਪੜ੍ਹਦੇ ਹਾਂ, ਕਿੱਥੋਂ ਦੇਖਦੇ ਅਤੇ ਕਿੰਨੇ ਸ਼ੇਅਰ। ਚਮਕੌਰ ਸਿੰਘ 25 ਸ਼ੇਅਰ, ਬੱਲੇ ਬੱਲੇ ਬੱਲੇ, ਸੋਹਣਾ ਕੈਨੇਡਾ ਦੇਖੋ ਜੀ, ਕਿੰਨਾ ਸੋਹਣਾ ਕੈਨੇਡਾ, ਝੰਡਾ ਕੈਨੇਡਾ ਦਾ। ਹਾਂਜੀ ਹਾਂਜੀ, ਸਾਰਿਆਂ ਦੇ ਨਾਂ ਲਊਂਗਾ, ਕਿੰਨੇ ਸ਼ੇਅਰ ਅਤੇ ਕਿੱਥੋਂ। ਸਤਵਿੰਦਰ ਸਿੰਘ ਰਾਜਪੁਰੇ ਤੋਂ 20 ਸ਼ੇਅਰ, ਬੱਲੇ ਬੱਲੇ ਬੱਲੇ। ਵੀਰ ਕੋਈ ਕੋਂਟੈਕਟ ਨੰਬਰ, ਬਾਈ ਜੀ ਕੋਂਟੈਕਟ ਨੰਬਰ ਗਰਚੇ ਦਾ ਸੰਪਰਕ ਕਰੋ, ਅਤੇ ਉਹਦਾ ਨੰਬਰ ਜ਼ਿਆਦਾ ਬਿਜੀ ਆਈ ਜਾਂਦਾ, ਹੋਰ ਨੰਬਰ ਲੈ ਲਓ, ਇੱਕ ਆਪਣਾ ਹੋਰ ਭਰਾ ਆ 236-513-0033 ਲੈ ਲਓ ਨੰਬਰ, ਇਹ ਵੀ ਆਪਣਾ ਭਰਾ ਇਮੀਗ੍ਰੇਸ਼ਨ ਵਾਲਾ। ਇਹ ਦੋ ਬੰਦੇ ਆਪਣੇ ਵੀਰ ਆ, ਤਾਂ ਇਹਨਾਂ ਦਾ ਮੈਂ ਕਹਿ ਦਿੰਦਾ ਨਹੀਂ, ਮੈਂ ਕਿਸੇ ਦੀ ਉਹ ਨਹੀਂ ਕਰਦਾ। ਦੇਖੋ ਟਰੱਕੇ ਟਰੱਕ ਦਿਸਣੇ ਤੁਹਾਨੂੰ ਰੋਡਾਂ 'ਤੇ, ਲੈ ਲਓ ਨੰਬਰ 236। ਇੱਥੇ ਫੋਨ ਫੜਾਈ ਯਾਰ, ਫੋਨ ਫੜਾਈ, ਮਾੜੀ ਜਿਹਾ ਡਾਇਲ ਕਰਕੇ ਦਿਖਾ ਦੇਵਾਂ, ਸਮਝ ਜੂਗੀ, ਕਰ ਲਿਓ ਉਹਨੂੰ, ਸੁੱਖ ਨਾ ਆਇਆ ਮੁੰਡੇ ਦਾ। ਅੱਛਾ ਅੱਛਾ, ਆਹ ਮੈਂ ਆਪਣੇ ਫੋਨ ਤੋਂ ਕਰ ਦਿੰਦਾ। ਨਹੀਂ ਨਹੀਂ, ਫੋਨ ਵਾਧੂ ਆਪਣੇ ਕੋਲ, ਨੰਬਰ ਦੇ ਦਈਏ ਤੁਹਾਨੂੰ ਕੈਨੇਡਾ ਆਉਣ ਲਈ। ਗਰਚੇ ਵੀਰ ਵਾਲਾ ਤਾਂ ਸਾਰਿਆਂ ਕੋਲ ਹੈਗਾ, ਇੱਕ ਹੋਰ ਤੁਹਾਨੂੰ ਨੰਬਰ ਦਿੰਦੇ ਹਾਂ ਭਰਾਵੋ। ਮੈਂ ਤਾਂ ਹਿਸਾਬ ਲਾ ਲਿਆ, ਉਹ ਤੁਰੀ ਨਿੱਕਰ ਸਾਲੀ ਕਿੱਥੋਂ ਆ ਗਈ ਵਿੱਚ, ਆਰ ਐਸ ਐਸ ਵਾਲੀ ਖਾਕੀ ਨਿੱਕਰ ਸਾਲੀ, ਹੋਏ ਹੋਏ ਹੋਏ। ਨੰਬਰ ਲਓ ਜੀ, ਆਹ ਲਓ ਫਿਰ ਕੈਨੇਡਾ ਆਉਣ ਦੇ ਚਾਹ ਵਾਲਾ ਨੰਬਰ ਲਓ, 236-513 ਆਹ ਨੰਬਰ ਆ ਜੀ। ਸਰੀ ਤੋਂ ਮੁੰਡਾ ਆ, ਮੈਂ ਸਰੀ ਕੱਲ੍ਹ ਨੂੰ ਚੱਲ ਜਾਣਾ, +1 ਲਾ ਕੇ 236-513-0033 ਮੇਰਾ ਨਾਂ ਲੈ ਦਿਓ। ਅਤੇ ਸਭ ਤੋਂ ਵੱਡੀ ਗੱਲ, ਪੇਸ਼ੈਂਸ ਰੱਖਿਆ ਕਰੋ ਭਰਾਵੋ, ਜੇ ਅਗਲਾ ਨਹੀਂ ਰਿਪਲਾਈ ਕਰਦਾ, ਮੋਰੇ ਕਿਹੜਾ ਉਹ ਵਿਹਲਾ ਬੈਠਾ, ਤੁਸੀਂ ਰੁੱਸ ਜਾਂਦੇ ਹਰੇਕ ਨਾਲ ਹੀ, ਮੇਰੇ ਨਾਲ ਵੀ, ਹੈ ਨਾ। 1 ਮਿੰਟ ਰੁਕ ਜਾਓ, ਉਹ ਦੇਖੋ ਕਾਰਾਂ ਤਾਂ ਹੈ ਹੀ ਨਹੀਂ, 3-3 ਟਰੱਕ ਇਕੱਠੇ ਹੀ ਲੈਣਾ 'ਚ, ਇਹਨੂੰ ਕਹਿੰਦੇ ਆ ਜੀ ਕੈਨੇਡਾ। ਇੱਧਰ ਵੀ ਟਰੱਕ ਹੀ, 3 ਟਰੱਕ, ਕਾਰਾਂ ਤਾਂ ਹੈ ਹੀ ਨਹੀਂ ਇੱਥੇ। ਰੈੱਡ ਵਿਲ ਗੋਡ ਵਿੰਗਸ, ਹਾਂਜੀ ਜੀ ਹਾਂਜੀ, ਇਹਦੀ ਵੀ ਇੱਕ ਤੁਹਾਨੂੰ ਸਿਸਟਮ ਦੱਸਦਾ। ਇੱਥੇ ਸ਼ਾਇਦ ਲਿਖਿਆ ਹੋਣਾ, ਇਹਨੇ ਲਿਖਿਆ ਸੀ ਬਾਈ ਜੀ, ਇੱਕ ਗੋਰੇ ਨੇ ਰੈੱਡ ਬੁੱਲ 'ਤੇ ਕੇਸ ਕਰਤਾ ਸੀ, ਚਲੋ ਤੱਥ ਵੀ ਦੱਸ ਦਿੰਦੇ। ਇਹ ਲਿਖਦੇ ਆ ਰੈੱਡ ਬੁੱਲ ਗਿਵ ਯੂ ਵਿੰਗਸ, ਭਾਈ ਰੈੱਡ ਬੁੱਲ ਪੀ ਕੇ ਤੁਹਾਡੇ ਖੰਭ ਲੱਗ ਜਾਂਦੇ ਆ। ਉਹ ਗੋਰੇ ਨੇ ਕੇਸ ਕਰਤਾ, ਕਹਿੰਦਾ ਮੈਂ ਸਾਲੀਆਂ ਇੰਨੀਆਂ ਰੈੱਡ ਬੁੱਲਾਂ ਪੀਤੀਆਂ, ਮੇਰੇ ਤਾਂ ਖੰਭ ਲੱਗੇ ਨਹੀਂ, ਸੌਂ ਲੱਗੇ। ਅਤੇ ਇਹ ਨਹੀਂ, ਵਿੰਗਸ ਦੇ ਸਪੈਲਿੰਗ WIGS ਹੁੰਦੇ, ਇਹਨੇ WIGS ਤੇ ਬਾਅਦ 'ਚ II ਪਾਉਣੀ ਸ਼ੁਰੂ ਕਰਤੀ, ਹੈ ਨਾ। ਉਹਨੂੰ ਪੈਸੇ 1 ਕਰੋੜ ਰੁਪਈਆ ਉਹਨੂੰ ਦੇਣਾ ਪਿਆ ਸੀ ਰੈੱਡ ਬੁੱਲ ਨੂੰ। ਇਹ ਗੋਰੇ ਬੜੇ ਦਿਮਾਗੀ, ਬੜੇ ਪੈਸੇ ਕਮਾਉਂਦੇ ਸਾਲੇ ਕੇਸ ਕੂਸ ਕਰਕੇ। ਸੋ ਇਹ ਪੜ੍ਹ ਲਿਓ ਭਾਵੇਂ, ਉਹ ਕਹਿੰਦਾ ਮੇਰੇ ਤਾਂ ਖੰਭ ਲੱਗੇ ਨਹੀਂ, ਮੈਂ ਤਾਂ ਰੋਜ਼ ਪੀਤੀਆਂ, ਹੈ ਨਾ। ਸੋ ਇਹ ਹਿਸਾਬ ਆ, ਦੇਖੋ ਟਰੱਕ ਹੀ ਟਰੱਕ ਆ, ਉੱਧਰ ਵੀ ਟਰੱਕ ਆ। ਇਹ ਕਿਹੜਾ ਸ਼ਹਿਰ ਆ,
ਓਕੇ ਜੀ ਆਪਾਂ ਸਸਕਾ ਟੂਨ ਪਹੁੰਚ ਗਏ ਰਾਹ ਚ ਸੱਸ ਦੇ ਟੂਣੇ ਕੀਤੇ ਉਹ ਵੀ ਤੁਹਾਨੂੰ ਦਿਖਾਉਣੇ ਆ ਵਿਚਾਰੇ ਉਦਾਂ ਹੀ ਖੜੇ ਆ ਬਾਈਜ਼ਨ ਇਹਨਾਂ ਦਾ ਬੜਾ ਹੀ ਕੰਮ ਆ ਬਾਈ ਗੋਰਿਆਂ ਦੀ ਕੰਪਨੀ ਆ ਬਾਈਜ਼ਨ ਇਹਨਾਂ ਦੇ ਇੰਨੇ ਟਰੱਕ ਟਰਾਲੇ ਮਿਲਦੇ ਰਾਹ ਚ ਗੱਲਾਂ ਹੀ ਛੱਡ ਦੋ ਦੇਖੋ ਖੜੇ ਆ ਹੁਣ ਕੀ ਕਰਨ ਡਰਾਈਵਰ ਹੈ ਨੀ ਗੇ ਲਓ ਉਦਾਂ ਹੀ ਟਰਾਲਰ ਖੜੇ ਆ ਬਾਈਜ਼ਨ ਬਹੁਤ ਵੱਡੀ ਕੰਪਨੀ ਕੈਨੇਡਾ ਦੀ ਹੈ ਇੱਕ ਨੰਬਰ ਹੀ ਹੋਣੀ ਆ ਭੈ ਇਹਨਾਂ ਦੀ ਟਰੱਕ ਮਿਲਦੇ ਰੋਡ ਤੇ ਦੇਖ ਲਓ ਬਾਈਜ਼ਨ ਹੀ ਬਾਈਜ਼ਨ ਕੀਤੀ ਪਈ ਆ ਸੋ ਚਲੋ ਠੀਕ ਹੈ ਅੱਗੇ ਕਬੀਰ ਨੇ ਕੀ ਕੀਤਾ ਸੀ ਜਿੱਦਾਂ ਮੈਂ ਬਾਈਜ਼ਨ ਦਿਖਾਈ ਚਲੋ ਤੁਸੀਂ ਬਾਈਜ਼ਨ ਦਾ ਹੀ ਭਰ ਕੇ ਦੇਖ ਲਿਓ ਆਨਲਾਈਨ ਜੇ ਦੋ ਚਾਰ ਇੰਗਲਿਸ਼ ਦੇ ਅੱਖਰ ਆਉਂਦੇ ਤੁਸੀਂ ਡਾਇਰੈਕਟ ਕੰਪਨੀ ਨਾਲ ਸੰਪਰਕ ਕਰਕੇ ਵੀ ਆ ਸਕਦੇ ਆ ਸੋ ਬਾਈ ਨੇ ਇੱਦਾਂ ਵੀਡੀਓ 'ਚ ਕੋਈ ਟਰਾਲੇ ਦੀ ਕੰਪਨੀ ਦੇਖੀ ਉਹਨਾਂ ਨਾਲ ਸੰਪਰਕ ਕੀਤਾ ਡਬਈ ਤੋਂ ਆ ਗਿਆ ਸੀ ਬਾਈਜ਼ਨ ਦਾ ਭਰ ਲਿਓ ਜਾਂ ਹੋਰ ਭਰ ਲਿਓ ਹਨਾ ਸੋ ਬੜੇ ਰਾਹ ਆ ਮਿੱਤਰੋ ਕੈਨੇਡਾ ਆਉਣ ਦੇ ਹਨਾ ਕਿਉਂਕਿ ਬੰਦੇ ਚਾਹੀਦੇ ਬੜੇ ਆ ਪਰ ਹੁਣ ਮਤਲਬ ਤੁਹਾਨੂੰ ਜੇ ਪੁੱਛੀਏ ਬਾਈ ਪੜਿਆ ਕਿੰਨੀ ਆ ਤੁਸੀਂ ਕਹਿੰਦੇ ਭਾਅ ਜੀ 5 ਭਾਜੀ ਆਈਲਟ ਨਹੀਂ ਹੋਣੀ ਫਿਰ ਆਪਸ਼ਨ ਬਚਦਾ ਫਾਰਮਿੰਗ ਦਾ ਹਨਾ ਖੇਤਾਂ ਵਾਲੇ ਦਾ ਉਹ ਭਰਾਵੋ ਮੇਰਾ ਉਹ 'ਚ ਕੋਈ ਲੈਣਾ ਦੇਣਾ ਨਹੀਂ ਜਿਹੜਾ ਮਾਲਕ ਹੁੰਦਾ ਫਾਰਮ ਦਾ ਉਹ ਲੈਂਦਾ ਆ ਪੈਸੇ ਅਤੇ ਗਾਂਹ ਜਿਹੜਾ ਇਮੀਗ੍ਰੇਸ਼ਨ ਵਾਲਾ ਹੁੰਦਾ ਉਹ ਵੀ ਲੈਂਦਾ ਪੈਸੇ ਸੋ ਉਹ 'ਚ ਪੈਸੇ ਤਾਂ ਲੱਗ ਜਾਂਦੇ ਬੰਦਾ ਤਾਂ ਕੈਨੇਡਾ ਪਹੁੰਚ ਜਾਂਦਾ ਭਾਵੇਂ ਅਨਪੜ੍ਹ ਹੋਵੇ ਇਹ ਚੱਕਰ ਹੈ ਉਹ ਗੇਮ ਆ ਜਾਂਦੀ ਪੈਸੇ ਦੀ ਹੈ ਨਾ ਜੇ ਤੁਸੀਂ ਪੈਸੇ ਨਹੀਂ ਲਾਉਣਾ ਚਾਹੁੰਦੇ ਭਰਾਵੋ ਆਈਲਟ ਕਰੋ ਡਰਾਈਵਰੀ ਦਾ ਲਾਇਸੈਂਸ ਲਓ ਹੈ ਵੀ ਅਤੇ ਵਰਕ ਪਰਮਿਟ ਲੱਭੋ ਬਿਨਾਂ ਪੈਸਿਆਂ ਤੋਂ ਵੀ ਲੱਭ ਜਾਂਦੇ ਆ ਹਨਾ ਜੇ ਤੁਹਾਡੇ 'ਚ ਸਕਿੱਲ ਆ ਇੱਥੇ ਬਥੇਰੇ ਟੂਰਿਸਟ ਆਉਂਦੇ ਆ ਕੀ ਕਰਦੇ ਆ ਮੈਂ ਬਥੇਰੇ ਰਖਾਏ ਜੇ ਕਿਸੇ 'ਚ ਹੁਨਰ ਆ ਕੁਕਿੰਗ ਦਾ ਕਾਸੇ ਦਾ ਟੂਰਿਸਟ ਆ ਕੇ ਵਰਕ ਪਰਮਿਟ ਸਰਕਾਰ ਨੂੰ ਵੀ ਪਤਾ ਟੂਰਿਸਟ ਕਿਹੜਾ ਮੁੜਦੇ ਆ ਉਹ ਵਰਕ ਪਰਮਿਟ ਲੈਂਦੇ ਜਿਹ 'ਚ ਹੁਨਰ ਆ ਫਰੀ ਵੀ ਆਪਾਂ ਦਵਾਏ ਮੈਂ ਹੁਣ ਕਹਿੰਦਾ ਫਰੇਮਿੰਗ ਦਾ ਲੱਕੜ ਦਾ ਜਿਹਨੂੰ ਕੰਮ ਆਉਂਦਾ ਆਪਣਾ ਵੀਰਾ ਬੇਅੰਤ ਸਰੀ ਤੋਂ 4 ਵਰਕ ਪਰਮਿਟ ਬਿਨਾਂ ਪੈਸਿਆਂ ਤੋਂ ਆਪਣਾ ਸੋਢੀ ਬਾਈ ਅੱਤੋਵਾਲ ਦਾ ਜਿਹਨੂੰ ਡਰਾਈਵਿੰਗ ਆਉਂਦੀ ਆ ਉਹਨੂੰ ਅਮਰੀਕਾ ਲਈ ਡਰਾਈਵਰ ਚਾਹੀਦੇ ਆ 5 ਮੇਰੇ ਪਿੰਡ ਦਾ ਮੁੰਡਾ ਰਵੀ ਵੀਰ ਲੱਭੂ ਦਾ ਭਰਾ ਉਹਨੂੰ ਰੈਨੋਵੇਸ਼ਨ ਦੇ ਕੰਮ ਲਈ ਮੁੰਡੇ ਚਾਹੀਦੇ ਭੰਨ ਤੋੜ ਲਈ ਮੇਰੇ ਪਿੰਡ ਦਾ ਮੁੰਡਾ ਜ਼ਿੰਮੇਵਾਰੀ ਚੱਕਦਾ ਬਈ ਉਹਨਾਂ ਕੰਮ ਕਰਨਾ ਪੈਣਾ ਕੋਈ ਪੈਸਾ ਨਹੀਂ ਲਊ ਵਰਕ ਪਰਮਿਟ ਦਾ ਬਿਨਾਂ ਪੈਸਿਆਂ ਤੋਂ ਤੁਹਾਨੂੰ PR ਕਰਾ ਕੇ ਦਊਗਾ ਪਤਾ ਕਿ ਚੱਕਰ ਕੀ ਆ ਉਹ ਆਪਾਂ ਉੱਥੇ ਧੋਖਾ ਖਾਂਦੇ ਆਪਾਂ ਮਾਰਦੇ ਚਿਤਰਾਈ ਜਦੋਂ ਬੰਦਾ ਕਹਿੰਦਾ ਵੀ ਬਾਈ ਮੇਰੇ ਨਾਲ ਕੰਮ ਕਰਨਾ ਪਊਗਾ PR ਕਰਾਊਂ ਆਪਾਂ PR ਲੈ ਕੇ ਰਫਾ ਦਫਾ ਕਰਨਾ ਵੀ ਹੋਇਆ ਹਾਂ ਮੈਂ ਤੁਹਾਨੂੰ ਦੋ ਚੀਜ਼ਾਂ ਬਾਈ ਜੀ ਡਰਾਈਵਰ ਵੀ ਕਈ ਜਗ੍ਹਾ ਮਾੜੇ ਆ ਮਾਲਕ ਵੀ ਮਾੜੇ ਸਾਰੇ ਸੇਮ ਨਹੀਂ ਹੁੰਦੇ ਇਹ ਬੰਦੇ ਨਾਲ ਹੋਇਆ ਇਹ ਬੰਦਾ ਬਹੁਤ ਚੰਗਾ ਬੰਦਾ ਆ ਮੈਂ ਇਹਦੀ ਹਾਮੀ ਭਰਦਾ ਹਾਮੀ ਮੈਂ ਨਹੀਂ ਮੇਰੇ ਪਿੰਡੋਂ ਪੁੱਛ ਲਿਓ ਇਹਦੇ ਬਾਰੇ ਹਨਾ ਕੋਈ ਇਹਦੀ ਚਾਪਲੂਸੀ ਨਹੀਂ ਕਰਦਾ ਸਾਡੇ ਪਿੰਡ 'ਚੋਂ ਪੁੱਛ ਲਓ ਜੀ ਮਿਹਨਤੀ ਬੰਦੇ ਦੀ ਮਿਸਾਲ ਦੇਣੀ ਹੁੰਦੀ ਨਰੂੜ ਪਿੰਡ 'ਚ ਇਹਦਾ ਨਾਂ ਲਿਆ ਜਾਂਦਾ ਮੈਂ ਨਹੀਂ ਕਹਿੰਦਾ ਨਹੀਂ ਮੈਂ ਕਹਿੰਦਾ ਸੀ ਮੇਰਾ ਨਾਂ ਲਿਆ ਜਾਂਦਾ ਮੇਰੇ ਭਰਾ ਦਾ ਨਾਂ ਲਿਆ ਜਾਂਦਾ ਨਹੀਂ ਕੁਵੈਤ 'ਚ ਵੀ ਇਹ ਬੰਦੇ ਨੇ ਬਹੁਤ ਮਿਹਨਤ ਕੀਤੀ ਇੱਥੇ ਵੀ ਹਨਾ ਮਿਹਨਤਾਂ ਨਾਲ ਹੀ ਫਿਰ ਸਾਰਾ ਹੁਣ ਤੁਸੀਂ ਦੇਖੋ ਵੀ ਜਿਹੜੇ ਬੰਦੇ ਦੇ ਆਪਣੇ ਟਰੱਕ ਹੋਣ 4-5 ਉਹ ਕਾਹਨੂੰ ਉੱਠਦਾ ਸਵੇਰ ਨੂੰ 1 ਉਹ ਕਹਿੰਦਾ ਦਫਾ ਕਰ ਹਨਾ ਸੁੱਤੇ ਰਹੋ ਸੋ ਬਾਈ ਜੀ ਮਿਹਨਤਾਂ ਨਾਲ ਹੀ ਇੱਥੇ ਸਾਰਾ ਕੁਛ ਬਣਦਾ ਅਤੇ ਇਹਨੇ ਬੰਦੇ ਇਹਨੇ ਕੀਤੇ ਵੀ ਹਨਾ ਬਿਨਾਂ ਪੈਸਿਆਂ ਤੋਂ ਇਹਨੇ ਕੀਤੇ ਫਿਰ ਉਹ ਲੱਤ ਵੀ ਮਾਰ ਗਿਆ ਇਹਦੇ ਹਨਾ ਮਾਰੀ ਲੱਤ ਟਕਾ ਗਿਆ ਆਹੋ ਸੱਚ ਇੱਕ ਆਪਣੀ ਭੈਣ ਆਪਾਂ ਪੱਕੀ ਕਰਾਈ ਹਨਾ ਸੱਚ ਕੁੜੀ ਵੀ ਆਫਿਸ ਵਰਕ ਚਾਹੀਦੇ ਇਹਦੇ ਆਫਿਸ ਵਰਕ 'ਚ ਕੰਮ ਕਰਦੀ ਆਫਿਸ ਲਈ ਵੀ ਹਨਾ ਚਾਹੀਦੇ ਹੁੰਦੇ ਮਤਲਬ ਜਿਹੜੇ ਵਰਕ ਪਰਮਿਟ ਹੁੰਦੇ ਕਈ ਤਰ੍ਹਾਂ ਦੇ ਹੁੰਦੇ ਆ ਹੁਣ ਜੇ ਇਹਦੀ ਟਰੱਕਾਂ ਦੀ ਕੰਪਨੀ ਆ ਉਹਦੇ ਲਈ ਪੇਪਰ ਵਰਕ ਲਈ ਵੀ ਬੰਦਾ ਚਾਹੀਦਾ ਹਨਾ ਕੁੜੀ ਉਹ ਤਾਂ ਖੁਸ਼ ਹੀ ਬੜੇ ਮੇਰੇ ਸਾਹਮਣੇ ਕਾਲ ਆਈ ਸੀ ਇੰਨੀ ਖੁਸ਼ੀ ਲਾਈਕ ਵੱਖਰਾ ਹੀ ਨਜ਼ਾਰਾ ਉਸ ਖੁਸ਼ੀ ਦਾ ਹਨਾ ਹਾਂ ਬਹੁਤ ਖੁਸ਼ ਸੀ ਕੁੜੀ ਹਨਾ ਇਹਦੇ ਆਫਿਸ ਵਰਕ 'ਚ ਕੰਮ ਕਰਦੀ ਸੀ ਅਤੇ ਉਹ PR ਹੋਈ ਪਿਛਲੇ ਵੀਕ ਮੇਰੇ ਸਾਹਮਣੇ ਹੀ ਫੋਨ ਆਇਆ ਸੀ ਅਤੇ ਹਾਂਜੀ ਦੱਸਦੇ ਹਾਂ ਗੱਲਬਾਤ ਕਰਦੇ ਹਾਂ ਅਤੇ 1 ਰੁਕ ਜਾਓ ਇਹ ਜੀ ਸਸਕਾਟੂਨ ਸ਼ਹਿਰ ਸਸਕਾਚੂਆਨ ਹੈਗੀ ਸਟੇਟ ਜਿੱਦਾਂ ਆਪਣੀ ਪੰਜਾਬ ਸਟੇਟ ਆ ਸਸਕਾਟੂਨ ਉੱਚ ਸ਼ਹਿਰ ਆ ਇਹ ਅਤੇ ਸ਼ਹਿਰ 5 ਬਾਅਦ ਆਇਆ ਐਡਮਿੰਟਨ ਤੋਂ ਲੈ ਕੇ 5 ਸਾਰਾ ਕੁਛ ਰਾਹ 'ਚ ਆਉਂਦਾ ਹੀ ਨਹੀਂ ਤੁਸੀਂ ਗਾਂਹ ਚੱਲ ਜਾਓ ਵਿਨੀਪੈਗ ਤੱਕ ਕੁਛ ਨਹੀਂ ਆਉਣਾ ਸਾਰੇ ਹੀ ਕੈਨੇਡਾ ਖਾਲੀ ਪਿਆ ਬਾਈ ਜੀ ਮੈਂ ਝੂਠ ਨਹੀਂ ਬੋਲਦਾ ਹੁੰਦਾ ਤੁਹਾਨੂੰ ਮੈਂ ਅੱਖੀ ਦਿਖਾਉਣਾ ਚਾਹੁੰਦਾ ਵੀ ਜੋ ਮੈਂ ਕਹਿੰਦਾ ਸੱਚ ਕਹਿੰਦਾ ਹੁੰਦਾ ਹੈ ਨਾ ਸੋ ਘੱਟੋ ਘੱਟ 50 ਬੰਦੇ ਤਾਂ ਮੈਨੂੰ ਸਰੀ 'ਚ ਚਾਹੀਦੇ ਕੰਮ ਵਾਲੇ ਮੈਨੂੰ ਨਹੀਂ ਮਤਲਬ ਮੇਰਾ ਕੰਮ ਨਹੀਂ ਮੇਰੇ ਨੋਨ ਜਿਹੜੇ ਹੈ ਨਾ ਉਹ ਦੇਖੋ ਟਰੱਕ ਉੱਦਾਂ ਹੀ ਖੜ੍ਹੇ ਗੱਡੀਆਂ ਭਰ ਭਰ ਕੇ ਡਰਾਈਵਰ ਨਹੀਂ ਮਿਲਦੇ ਤੁਸੀਂ ਬਸ ਸ਼ੇਅਰ ਕਰੀ ਚਲੋ ਵੀਡੀਓ 'ਤੇ ਕਲਿੱਕ ਕਰ ਦਿਓ ਹੈ ਨਾ ਭੇਡਾਂ ਦੀ ਆਵਾਜ਼ ਕੱਢ ਦਿੰਦੇ ਹਾਂ 1 ਫਿਰ ਰੈੱਡ ਬੁੱਲ ਘੁੱਟ ਪੀ ਲਈਏ ਮੈਂ ਸੌਣ ਲੱਗੇ ਬਾਈ ਸੂਰਜ ਮੱਥੇ ਲੱਗਦਾ ਨੀਲੀ ਛੱਤ ਵਾਲਾ ਸਵੇਰ ਦਾ ਟਾਈਮ ਆ 7 ਆ ਕਿੰਨੇ ਵਜੇ ਆ 8 ਆ ਰੱਬ ਨੂੰ ਮੰਨਦੇ ਤੁਸੀਂ ਸਾਰੇ ਮੈਂ ਤਾਂ ਚਲੋ ਘੱਟ ਮੰਨਦਾ ਚਲੋ ਜਿੰਨਾ ਵੀ ਮੰਨਦਾ ਜਿੰਨਾ ਵੀ ਉਹਦਾ ਨਾਂ ਜਪਿਆ ਉਹ ਨੀਲੀ ਛੱਤ ਵਾਲੇ ਦੀ ਸੌਂ ਲੱਗੇ ਮੈਂ ਜੇ ਪੈਸੇ ਕਮਾਉਣੇ ਹੋਣ ਮੈਂ ਕਲਿੱਕ ਕਲਿੱਕ ਨਾ ਕਰਾਂ ਮਿਹਨਤਾਂ ਨਾ ਕਰਾਂ
ਮੈਂ ਤਾਂ ਇੱਕ ਦੋ ਵਰਗ ਪਰਮਿਟਾਂ ਚੋਂ ਹੀ ਆਇਆ ਉਹ ਕਰਕੇ ਮੈਂ ਆਪਣਾ ਸਹੀ ਗੱਲ ਆ ਮੈਨੂੰ ਸਰੀ ਜੋ ਭਾਜੀ ਕਹਿੰਦੇ ਸੀ ਚਾਰ ਵਰਗ ਪਰਮਿਟ ਭਾਈ ਜਿੰਨੇ ਤੂੰ ਕਮਾਉਣੇ ਤੂੰ ਕਮਾ ਲਾ ਮੈਂ ਕਿਹਾ ਨਹੀਂ ਯਾਰ ਇਹ ਕੰਮ ਨਹੀਂ ਕਰਨਾ ਕਿਉਂਕਿ ਆਪਾਂ ਵੀ ਗਾਂ ਧੱਕੇ ਖਾ ਖਾ ਕੇ ਆਏ ਹੋ ਸਾਨੂੰ ਵੀ ਪਤਾ ਕਿੱਦਾਂ ਪੈਸੇ ਜੋੜ ਕੇ ਆਏ ਇੱਥੇ ਤਾਂ ਹੀ ਹਨਾ ਸੋ ਉਹ ਬਥੇਰੇ ਸਰੀ ਚ ਵੀ ਬਥੇਰੇ ਠੱਗ ਹੈਗੇ ਆ ਬੜੇ ਪੈਸੇ ਠੱਗੀਆਂ ਮਾਰਦੇ ਸਭ ਨੂੰ ਪਤਾ ਆ ਪਰ ਉਹਨਾਂ ਦੇ ਪੱਲੇ ਵੀ ਕੀ ਆ ਹਨਾ ਠੀਕ ਆ ਬੰਦਾ ਮਹਿੰਗੀਆਂ ਚੀਜ਼ਾਂ ਤਾਂ ਲੈ ਲਊ ਪਰ ਜਿਹੜਾ ਪਿਆਰ ਆ ਉਹਦਾ ਕੋਈ ਮੁੱਲ ਨਹੀਂ ਹੁੰਦਾ ਜਿਹੜਾ ਮੈਨੂੰ ਪਿਆਰ ਮਿਲਦਾ ਉਹ ਉਹਨਾਂ ਨੂੰ ਸਾਰੀ ਉਮਰ ਨਹੀਂ ਮਿਲ ਸਕਦਾ ਨਾ ਮੇਰੇ ਕੋਲ ਗੱਡੀ ਆ ਨਾ ਕੁਛ ਆ ਬ੍ਰੈਂਡਡ ਕੱਪੜੇ ਆ ਜੋ ਵੀ ਆ ਪਰ ਸੈਟਿਸਫਾਈ ਸੈਟਿਸਫੈਕਸ਼ਨ ਹੈ ਨਾ ਇਹ ਚੱਕਰ ਆ ਇਹ ਲੋਡ ਲਾਉਣ ਲੱਗਾ ਪਹਿਲਾਂ ਲੋਡ ਲਾਉਣੇ ਨੇ ਛੇ ਮੈਂ ਹੁਣ ਕੀ ਕਰੂੰ ਸਾਰੀ ਦਿਹਾੜੀ ਲਓ ਜੀ ਪਹਿਲਾਂ ਲੋਡ ਕਾਹਦਾ ਆ ਐਕੂਆ ਫਾਇਰ ਚੱਲ ਮੈਂ ਜਦ ਉੱਧਰ ਘੁੰਮਾ ਕੇ ਆਉਣਾ ਕਿੰਨਾ ਟਾਈਮ ਲੱਗਣਾ ਇੱਥੇ 20-25 ਮਿੰਟ ਦੇ ਲੱਗੂਗੇ ਚੱਲ ਮੈਂ ਘੁੰਮਿਆ ਵਾ ਹੋਰ ਓਕੇ ਲਾ ਮੈਂ ਇੱਥੇ ਆਹੋ ਲਾ ਦੇ ਇੱਥੇ ਹੀ ਆ ਨਾ ਓਕੇ ਜੀ ਮੈਂ ਘੁੰਮਦਾ 10 ਮਿੰਟ 20-25 ਮਿੰਟ ਦਾ ਲੋਡ ਆ 6 ਲੋਡ ਆ ਤੇ ਤੁਹਾਨੂੰ ਸਿਸਟਮ ਦਿਖਾਉਣੇ ਆਲੇ ਦੁਆਲੇ ਦਾ ਚੱਲ ਲਾ ਦੇ ਫਿਰ ਆ ਜਾਓ ਰੈੱਡ ਵੱਲ ਵੀ ਨਾਲ ਨਾਲ ਚੱਲਦੇ ਆ ਤੁਹਾਨੂੰ ਦਰਸ਼ਨ ਕਰਾਉਣੇ ਆ ਸਭ ਹੀ ਬੰਦਾ ਬਾਲਾ ਹੀ ਘੈਂਟ ਆ ਜੀ ਦੇਖੋ ਫਾਰਮਰਾਂ ਦਾ ਲਾਇਆ ਹੋਇਆ ਡੀ ਸਪੋਰਟ ਫਾਰਮਰਸ ਹੈ ਨਾ ਦੇਖੋ 53 ਫੁੱਟਾ ਤੇ ਹੁਣ 6 ਲੋਡ ਲਾਉਣੇ ਆ ਸਵੇਰੇ 2 ਵਜੇ ਤੁਰੇ 5 ਘੰਟੇ ਦੀ ਵਾਟ ਆ ਐਡਮਿੰਟਨ ਤੋਂ ਸਸਕਾਟੂਨ ਸੋ 5 ਲੋਡ ਆ ਤੇ ਹੁਣ ਕਿੰਨੇ ਵੱਜ ਗਏ 8 ਵੱਜ ਗਏ ਵੱਜੇ ਹੀ ਜਾਣੇ ਸਾਨੂੰ ਇੱਥੇ ਹੀ ਇਸੇ ਸ਼ਹਿਰ 'ਚ ਹੀ 4-5 ਮੈਂ ਲੱਗਦਾ ਵੱਜ ਜਾਣੇ ਜੇ ਇੱਕੋ ਹੀ ਲੇਆਊਟ ਹੁੰਦਾ ਤਾਂ ਲਾਗੇ ਆਪਾਂ ਚੱਲ ਜਾਣਾ ਸੀ ਪਰ 4-5 ਇੱਥੇ ਹੀ ਵੱਜ ਜਾਣੇ ਐਡਮਿੰਟਨ ਰਾਤ ਦੇ ਫਿਰ ਉਹੀ 9 ਵੱਜ ਜਾਣੇ ਪਹੁੰਚਦਿਆਂ ਨੂੰ ਅਤੇ ਕੱਲ੍ਹ ਨੂੰ ਸਵੇਰ ਨੂੰ ਸਰੀ ਲਈ ਚਾਲੇ ਪਾ ਦੇਣੇ ਕੱਲ੍ਹ ਨੂੰ ਪੂਰੇ ਵੀਕ ਬਾਅਦ ਆਪਣੇ ਪਿੰਡ ਪਹੁੰਚ ਰਹੇ ਹਾਂ ਹੈ ਨਾ ਪਿੰਡ ਪਿੰਡ ਹੀ ਹੁੰਦਾ ਭਾਵੇਂ ਕੈਨੇਡਾ 'ਚ ਹੋਵੇ ਭਾਵੇਂ ਪੰਜਾਬ 'ਚ ਹੋਵੇ ਜਿਹੜੀ ਪਿੰਡ 'ਚ ਸਾਲਾ ਮੋਹ ਆ ਹੈ ਨਾ ਮਿੱਟੀ ਦਾ ਉਹ ਵੱਖਰਾ ਹੀ ਹੁੰਦਾ ਮਿਸ ਕਰ ਰਿਹਾ ਮੈਂ ਸਰੀ ਨੂੰ ਅਤੇ ਉੱਥੇ ਖੜ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ 2 ਮਿੰਟ ਆਲੇ ਦੁਆਲੇ ਦਿਖਾਉਂਦੇ ਹਾਂ ਅਤੇ ਵੀਜ਼ਾ ਲਵਾ ਦਿਓ ਵੀਰੇ ਭਾਅ ਜੀ ਮੈਂ ਨਹੀਂ ਵੀਜ਼ਾ ਲਵਾਉਂਦਾ ਯਾਰ ਹੈ ਨਾ ਮੈਂ ਕੋਈ ਏਜੰਟ ਨੀਗਾ ਮੈਂ ਕੋਈ ਇਮੀਗ੍ਰੇਸ਼ਨ ਵਾਲਾ ਨੀਗਾ ਮੈਂ ਬਸ ਤੁਹਾਨੂੰ ਜ਼ਰੀਆ ਬਣ ਕੇ ਦੱਸ ਸਕਦਾ ਇਮੀਗ੍ਰੇਸ਼ਨ ਵਾਲੇ 2 ਮੁੰਡਿਆਂ ਦੇ ਇੱਕ ਗਰਚਾ ਵੀਰ ਦਾ ਇੱਕ ਸੁੱਖ ਵੀਰ ਦਾ ਨੰਬਰ ਦੇ ਦਿੱਤਾ ਜਿਨ੍ਹਾਂ 'ਤੇ ਮੈਨੂੰ ਯਕੀਨ ਹੈ ਜਿਹੜੇ ਤੁਹਾਡੇ 5 ਦੀ ਠੱਗੀ ਨਹੀਂ ਮਾਰ ਸਕਦੇ ਨਹੀਂ ਇੱਥੇ ਦੇ ਲੋਕਲ ਰੇਡੀਓ ਟੀ ਵੀ 'ਤੇ 3600 ਇਮੀਗ੍ਰੇਸ਼ਨ ਵਾਲਿਆਂ ਦੀ ਐਡਾਂ ਆਉਂਦੀਆਂ ਮੈਂ ਕਿਉਂ ਨਹੀਂ ਉਹ ਐਡਾਂ ਲੈਂਦਾ ਮੈਨੂੰ ਕਿਹੜਾ ਪੈਸੇ ਦਾ ਲਾਲਚ ਨੀਗਾ ਹੈ ਨਾ ਪਰ ਮੈਨੂੰ ਆ ਯਾਰ ਜਿਹੜੀ 3 ਸਾਲ 'ਚ ਜਿਹੜਾ ਪਿਆਰ ਕਮਾਇਆ ਇੱਜ਼ਤ ਕਮਾਈ ਉਹ ਸਾਲਾ 100-200 ਹਜ਼ਾਰ 5 ਹਜ਼ਾਰ 10 ਹਜ਼ਾਰ ਡਾਲਰ ਪਿੱਛੇ ਉਹ ਨਹੀਂ ਗਵਾਉਣੀ ਹੈ ਨਾ ਸੋ ਜਿਹੜੇ ਬੰਦੇ ਮੇਰੇ ਨੋਨ ਹੈ ਜਿਨ੍ਹਾਂ ਨਾਲ ਮੈਂ ਖਾਣਾ ਪੀਣਾ ਉਹਨਾਂ ਦਾ ਤਾਂ ਪਤਾ ਜੇ ਉਹ ਠੱਗੀ ਤੁਹਾਡੇ ਨਾਲ ਮਾਰਨਗੇ ਮੈਨੂੰ ਦੱਸਿਓ ਮੈਂ ਉਹਨਾਂ ਦੀ ਭੰਡੀ ਕਰੂੰ ਵੀ ਬਾਈ ਨਹੀਂ ਠੱਗੀ ਮਾਰੀ ਹੈ ਇਹਨਾਂ ਕੋਲ ਨਾ ਕਦੀ ਕੋਈ ਵੀ ਜਾਇਓ ਹੈ ਨਾ ਠੱਗੀ ਕਿੰਨੇ ਦਾ ਬੰਦਾ ਮਾਰ ਲੂ 1 ਨਾ 2 ਨਾ 5 ਨਾ ਹੈ ਨਾ ਲੱਖ ਨਾ ਤਾਂ ਮਾਰਨ ਹੋ ਰਿਹਾ ਠੱਗੀ ਇਹ ਹਿਸਾਬ ਆ ਸੋ ਮੈਂ ਤਾਂ ਇਹੀ ਦੱਸ ਸਕਦਾ ਭਰਾਵੋ ਸਕੀਮਾਂ ਕਿਹੜੀਆਂ ਕਿਹੜੀਆਂ ਵੀ ਜੇ ਤੁਸੀਂ ਆਪ ਹੀ ਲਵਾਉਣੇ ਆ ਸਾਰਾ ਕੁਛ ਹੈ ਨਾ ਮੈਂ ਮਤਲਬ ਹੈ ਨਾ ਐਵੇਂ ਕਹਿ ਦੇਵਾਂ ਵੀ ਬਾਈ ਮੈਂ LMO ਵੇਚਦਾ ਉਹ ਆਪਣਾ ਕੰਮ ਹੈ ਨਹੀਂ ਗਾ ਮੈਂ ਤਾਂ ਆਪ ਬਸ ਅਤੇ ਇੱਥੇ ਨੰਬਰ ਪਲੇਟਾਂ ਹਰੀਆਂ ਹੁੰਦੀਆਂ ਆ ਇੱਥੇ ਦੀਆਂ ਹੈ ਨਾ ਸਸਕਾਜੂਅਨ ਆਪਣੇ ਬ੍ਰਿਟਿਸ਼ ਕੋਲੰਬੀਆ 'ਚ ਨੀਲੀਆਂ ਅਲਵਾਟਾ 'ਚ ਲਾ ਲਿਆ ਹੈ ਨਾ ਦੇਖੋ ਖਾਲੀ ਪਿਆ ਸਾਰਾ ਹੀ ਅਤੇ ਹੁਣ 5 ਲੋਡ ਲਾਉਣੇ ਆ ਮੈਂ ਕਰਾਂਗਾ ਯਾਰ ਕੀ ਇੱਥੇ ਮੈਂ ਤਾਂ ਸਮਝ ਨਹੀਂ ਲੱਗਦੀ ਹੈ ਨਾ ਸਾਡੇ ਨਾਲ ਤਾਂ ਕੋਈ ਪਿਆਰ ਵੀ ਨਹੀਂ ਕਰਦੀ ਨਹੀਂ ਤਾਂ ਫੋਨ ਲਾ ਕੇ ਐਵੇਂ ਤਾਂ ਠਾਣੀਆਂ ਮਾਰਨ ਲੱਗ ਪੈਂਦੇ ਦੇਖੋ ਤਾਂ ਅਤੇ ਓਕੇ ਜੀ ਹੁਣ ਫਿਰ ਮੈਂ ਤਾਂ ਲੱਗਾ ਸੌਣ ਬੈੱਡ ਲੱਗਾ ਹੁੰਦਾ ਨਾ ਟਰੱਕ 'ਚ ਸਾਰਿਆਂ ਨੂੰ ਪਤਾ ਆ ਪਿੱਛੇ ਬੈੱਡ ਲੱਗਾ ਮੈਂ ਤਾਂ ਲੱਗਾ ਸੌਣ ਭਰਾਵੋ ਕਿਉਂਕਿ ਕਰਨ ਨੂੰ ਕੁਛ ਹੈ ਨਹੀਂ ਗਾ ਜਾਂ ਮਾੜਾ ਮੋਟਾ ਪੜ੍ਹ ਲੈਂਦੇ ਹਾਂ ਓਲੰਪਿਕ 'ਚ ਕੀ ਹੋ ਰਿਹਾ ਆ ਭਾਰਤ ਦੀ ਕੁੜੀਆਂ ਦੀ ਹਾਕੀ ਟੀਮ ਵੀ ਹਾਰ ਗਈ ਆ ਕਿਉਂ ਆਉਂਦਾ 53 ਫੁੱਟਾਂ ਹਾਂਜੀ ਹਾਂਜੀ ਡਰਾਈਵਰਾਂ ਦੀ ਬਹੁਤ ਡਿਮਾਂਡ ਆ ਭਰਾਵੋ 5 ਬੈਂਡ ਮਸਟ ਆ ਵੀਜ਼ਾ ਡਰਾਈਵਰਾਂ ਦਾ ਸਭ ਤੋਂ ਵੱਧ ਅਤੇ ਸਭ ਤੋਂ ਸੌਖਾ ਨਿਕਲਦਾ ਆ 5 ਡਿਲੀਵਰੀਆਂ ਆ ਸਾਰੀਆਂ ਆ ਦੇਖ ਲੈਂਦੇ ਕੀ ਆ ਆ ਜਾਓ ਮੈਨੂੰ ਐਵੇਂ ਕਹਿ ਦੇਵਾਂ ਮੈਂ ਨਹੀਂ ਬੈਗ ਬੂਗ ਲਾ ਸਕਦਾ ਟਰਾਲਾ ਭਰਾਵੋ ਮੈਂ ਤਾਂ ਪੱਠੇ ਵੱਢ ਕੇ AW ਸਾਈਕਲ ਵਾਲਾ ਹੀ ਆ ਐਵੇਂ ਜੇ ਮੈਂ ਫੁਕਰੀ ਮਾਰਾਂ ਬੈਗ ਲਾਉਣਾ ਥੋੜ੍ਹਾ ਔਖਾ ਹੁੰਦਾ ਅਤੇ ਦਿਨ ਬਹੁਤ ਵਧੀਆ ਆ ਅਤੇ ਥੈਂਕ ਯੂ ਸਾਰਿਆਂ ਦਾ ਧੰਨਵਾਦ 1600-2000 ਬੰਦਾ ਦੇਖਦਾ 1 ਮਿੰਟ ਫਿਰ ਆਪਣੀ ਵੀ ਐਡ ਹੁਣ ਕਰ ਜਾਵਾਂ ਹੈ ਨਾ
ਕਰ ਜਮਾ ਇੱਕ ਮਿੰਟ ਉਹਦਾ ਫੋਨ ਲੈ ਕੇ ਕਰਦਾ ਤੁਹਾਨੂੰ ਦੱਸਦਾ। ਲੈ ਬਈ ਬੰਦੇ ਨੇ ਲਾ ਦਿੱਤਾ ਪਹਿਲੀ ਵਾਰ 'ਚ ਹੀ ਬੈਗ। ਮੈਂ ਤਾਂ ਕਿਹਾ ਸੀ ਕਰੂਗਾ 5-7 ਵਾਰੀ ਅਤੇ ਆ ਜਾਓ। ਅਤੇ ਮੈਂ ਸੱਚ ਕੀ ਕਹਿੰਦਾ ਸੀ, ਆ ਜਾਓ ਸਾਈਡ ਤੋਂ ਵੀ ਦਿਖਾ ਦਿੰਦਾ ਜੇ ਕੁਛ ਹੈਗਾ ਆ। ਅਤੇ ਫਿਰ ਲਾਈਵ ਹੁੰਦੇ ਹਾਂ ਥੋੜ੍ਹੇ ਟਾਈਮ ਬਾਅਦ, ਹੈ ਨਾ, ਜੇ ਨੈਕਸਟ ਜਗ੍ਹਾ ਡਿਲੀਵਰੀ ਕਰਨ ਜਾਣਾ ਉੱਥੇ ਲੋਕੇਸ਼ਨ ਦੇਖ ਕੇ, ਹੈ ਨਾ, ਲਾਈਵ ਹੋਣਾ ਹੀ ਆਇਆ। ਸੋ ਸਾਰਿਆਂ ਰਿਕੁਐਸਟ ਆ ਜੀ, ਸਵੇਰ ਦੇ 1 ਵਜੇ ਉੱਠ ਕੇ ਸਪੈਸ਼ਲ ਤੁਹਾਨੂੰ ਦਿਖਾਉਣ ਆਇਆ ਵੀ ਸਾਰਾ ਹੀ ਕੈਨੇਡਾ ਖਾਲੀ ਪਿਆ, ਬੰਦਿਆਂ ਦੀ ਬਹੁਤ ਲੋੜ ਆ। ਸੋ ਇਹਨੇ ਐਡਮਿੰਟਨ ਨੂੰ ਹੀ ਜਾਣਾ ਜਿੱਥੇ ਇਹਦਾ ਘਰ ਆ, ਨਹੀਂ ਮੈਂ ਉੱਥੇ ਹੀ ਸੁੱਤਾ ਰਹਿੰਦਾ ਅਤੇ ਕੱਲ੍ਹ ਨੂੰ ਇਹਨਾਂ ਉੱਠ ਕੇ ਚੱਲ ਜਾਂਦਾ। ਮੈਂ ਕਿਹਾ ਨਹੀਂ, ਮੈਂ ਦਿਖਾਵਾਂ ਸਾਰਿਆਂ ਨੂੰ, ਹੈ ਨਾ, ਆਪ ਵੀ ਦੇਖਾਂ। ਅੱਛਾ ਆਹ ਹੋਇਆ, ਕੀ ਕਹਿੰਦੇ ਹੁੰਦੇ ਆ, ਬਾਥ ਟੱਬ ਆ ਇੱਥੇ, ਬਾਥ ਟੱਬ ਆ। ਆਹ ਸਹੀ ਆ, ਸਹੀ ਆ। ਅਤੇ ਔਰ ਰਾਈਟ, ਰਸ਼ੀਆ ਟੂਰਿਸਟ ਵੀਜ਼ੇ 'ਤੇ ਜਾਣਾ ਭਾਅ ਜੀ, ਰਸ਼ੀਆ ਜਾਣ ਦਾ ਨਹੀਂ ਫਾਇਦਾ। ਅੱਜ ਇੱਕ ਵੀਰ ਦਾ ਸੱਚ ਗੱਲ ਹੋਈ ਆ, ਸਰਬੀਆ 3 ਲੱਖ ਰੁਪਏ 'ਚ ਅਮੈਰੀਕਨ ਕੰਪਨੀ ਅਤੇ ਭੈਣ 'ਚ 50 ਸੋਰੀ ਗਾਲ ਲਈ, ਹੈ ਨਾ ਯਾਰ, ਗੁੱਸਾ ਆ ਜਾਂਦਾ ਕਈ ਵਾਰ ਵੀ ਸਾਡੇ ਭਰਾਵਾਂ ਨਾਲ ਠੱਗੀਆਂ ਹੁੰਦੀਆਂ। ਸਰਬੀਆ 3 ਲੱਖ ਰੁਪਏ 'ਚ ਅਤੇ 50,000 ਉੱਥੇ ਤਨਖਾਹ ਮਿਲੂ ਅਮੈਰੀਕਨ ਕੰਪਨੀ ਨਾਲ। ਬਾਈ ਹੱਥ ਜੋੜ ਦਿੰਦਾ, ਹੱਥ ਜੋੜਦਾ ਹੱਥ, ਸਰਬੀਆ, ਰਮਾਨੀਆ, ਬਲਗਾਰੀਆ, ਅਰਮੀਨੀਆ, ਅਜ਼ਰਬੈਜਾਨ, ਹੋਰ 5-7 ਮੁਲਕ ਭੁੱਲ ਕੇ ਵੀ ਨਾ ਜਾਇਓ, ਭੁੱਲ ਕੇ ਸੁਪਨੇ 'ਚ ਵੀ ਨਾ ਚੱਲ ਜਾਇਓ ਵੀ ਆਪਾਂ ਬਈ ਉੱਥੇ ਜਾਣਾ ਆ, ਹੈ ਨਾ। ਏਜੰਟ ਬਹੁਤ ਕੁਛ ਕਹਿੰਦੇ ਹੁੰਦੇ ਆ, 50,000 ਰੁਪਈਆ ਯਾਰ ਸਰਬੀਆ 'ਚ ਕਿਹੜਾ, ਨਾਲੇ 3 ਲੱਖ ਰੁਪਈਆ ਸਰਬੀਆ ਦਾ। ਅੱਜ ਤੋਂ 3 ਸਾਲ ਪਹਿਲਾਂ ਮੇਰੀ ਵੀਡੀਓ ਦੇਖ ਕੇ ਘੱਟੋ ਘੱਟ 1,000-2,000 ਮੁੰਡਾ ਸਰਬੀਆ ਤੋਂ ਇਟਲੀ, ਪੁਰਤਗਾਲ, ਫਰਾਂਸ, ਜਰਮਨ ਜਾ ਕੇ ਪੱਕਾ ਵੀ ਹੋ ਗਿਆ, ਹੈ ਨਾ। ਸੋ ਕੋਈ ਫਾਇਦਾ ਨਹੀਂ ਇਸ ਵੇਲੇ ਸਰਬੀਆ ਜਾਣ ਦਾ, ਅਤੇ ਸੜਕਾਂ ਇੱਥੇ ਵੀ ਟੁੱਟੀਆਂ ਹੀ ਆ। ਬਹੁਤ ਸੋਹਣਾ ਕਨੇਡਾ, ਹਾਂਜੀ ਜੀ, ਸੋਹਣਾ ਜੀ ਸੋਹਣਾ। 1 ਮਿੰਟ ਕਲਿੱਕ ਦਾ ਵੀ ਦੇਖ ਲਈਏ ਆਪਣੀ ਦਾ, ਲਿਆ ਵੀ ਕਲਿੱਕ ਦਾ ਵੀ ਕਹਿ ਲਈਏ, ਆਪਾਂ ਵੀ ਦਿਹਾੜੀ ਲਾ ਲਈਏ, ਮੈਨੂੰ ਵੀ ਪੈਸੇ ਦੀ ਭੈਣ ਕਲਿੰਡਰ ਨੂੰ ਬਿਠਾ ਲਿਆ ਆ 6 ਡਿਲੀਵਰੀਆਂ। ਨਹੀਂ ਬੋਲੋ, ਦੱਸੋ ਮੈਨੂੰ ਦਿਹਾੜੀ ਦੇਣੀ ਚਾਹੀਦੀ ਇਹਨੂੰ ਕਿ ਨਹੀਂ। ਹੈਲੋ ਜੀ, ਹਿੰਦੀ ਰੇਡੀਓ ਆਪਣਾ ਸਾਰਿਆਂ ਨੂੰ ਪਤਾ ਆ। ਸੋ ਆ ਵੀਡੀਓ ਆ ਲਾਈਵ ਚੱਲਦੀ ਪਈ ਆ, ਹੈ ਨਾ, ਇੱਥੇ ਜੇ ਲਿੰਕ ਨਹੀਂ ਪਾਇਆ ਪਾ ਦਿੰਦਾ, ਆ ਕੱਲ੍ਹ ਪਾਇਆ ਤੇ ਇੱਦਾਂ ਲਿੰਕ ਕਲਿੱਕ ਕਰਕੇ 2 ਐਡਾਂ ਆਉਣੀਆਂ ਆ, ਇੱਕ ਆ ਸਿਰੇ 'ਤੇ ਅਤੇ ਇੱਕ ਆ ਮੇਰੇ ਸਿਰ ਦੇ ਉੱਤੇ। ਐਡ ਦੀ ਸਭ ਤੋਂ ਵੱਡੀ ਨਿਸ਼ਾਨੀ ਉੱਤੇ ਕਾਂਟਾ ਲੱਗਾ ਹੁੰਦਾ, ਕਾਂਟੇ 'ਤੇ ਨਹੀਂ ਕਲਿੱਕ ਕਰਨਾ, ਸੈਂਟਰ 'ਚ ਕਲਿੱਕ ਕਰਨਾ, ਹੈ ਨਾ। ਸੋ ਕਲਿੱਕ ਕਰਤਾ, ਉਹ ਨੀਲੀ ਧਾਰੀ ਸਿਰੇ 'ਤੇ ਪਹੁੰਚ ਗਈ, ਉਹਨਾਂ ਦੀ ਕੰਪਨੀ ਦੀ ਐਡ ਖੁੱਲ੍ਹ ਗਈ, ਬਸ ਦੇਖ ਕੇ ਵਾਪਸ ਚੱਲ ਜਾਣਾ। ਸੋ ਜਿਹੜਾ ਸਾਡੀਆਂ ਐਡਾਂ 'ਤੇ ਕਲਿੱਕ ਕਰਦਾ ਸਾਨੂੰ ਪਤਾ ਆ। ਸੋ ਜੇ ਬੀਜੇ ਬੂਜੇ ਤਾਂ ਪੈਸੇ ਨਿਕਲੀ ਜਾਂਦੇ, ਸੋ ਆਪਾਂ ਵੀ ਪਹਿਲ ਦੇ ਆਧਾਰ 'ਤੇ ਉਹਨਾਂ ਵੀਰਿਆਂ ਦੀ ਹੈਲਪ ਕਰਨੀ ਆ ਜਿਹੜੇ ਸਾਡੀ ਹੈਲਪ ਕਰਦੇ ਆ, ਸਹੀ ਹੈ ਨਾ, ਹੱਥ ਨੂੰ ਹੱਥ ਹੁੰਦਾ ਭਰਾਵੋ। ਹਲੋ, ਇੰਨਾ ਕੰਮ ਆ, 2 ਐਡਾਂ 'ਤੇ ਕਲਿੱਕ ਕਰ ਦਿਓ, ਬਸ ਇੰਨਾ ਕੰਮ ਆ ਜੀ, ਦਿਹਾੜੀ 'ਚ ਕਰ ਦਿਆ ਕਰੋ, ਹਾਂਜੀ। ਅਤੇ ਬਾਕੀ ਹੋਰ ਜੀ, ਹੋਰ ਕੋਈ ਗੱਲ? ਅਤੇ ਸਾਰਿਆਂ ਸਤਿ ਸ਼੍ਰੀ ਅਕਾਲ ਜੀ, ਅਤੇ ਮਿਲਦੇ ਆ ਫਿਰ, ਅਤੇ ਮਿਲਦੇ ਹਾਂ ਫਿਰ ਥੋੜ੍ਹੇ ਟਾਈਮ ਬਾਅਦ, ਫਿਰ ਲਾਈਵ ਹੁੰਦੇ, ਭੰਗੜਾ ਪਾਉਣਾ ਥੋੜ੍ਹੇ ਟਾਈਮ ਤੱਕ ਭੰਗੜਾ ਪਾਉਣਾ, ਥੋੜ੍ਹੀ ਸੁਸਤੀ ਜੀ ਪਈ ਹੋ, ਸਵੇਰ ਦਾ ਟਾਈਮ ਹੈ, ਜੇ ਨੀਂਦ 'ਚ ਆ ਮੈਂ 1 ਵਜੇ ਦਾ ਉੱਠਿਆ, ਪਾਉਣਾ ਭੰਗੜਾ ਠਹਿਰ ਕੇ, ਥੋੜ੍ਹੀਆਂ ਜਿਹੀਆਂ ਬੀਰੀਆਂ ਜਿਹੀਆਂ ਖਾ ਲਵਾਂ। ਓਕੇ ਜੀ, ਸਾਰਿਆਂ ਸਤਿ ਸ਼੍ਰੀ ਅਕਾਲ, ਅਤੇ ਲਿੰਕ 'ਤੇ ਕਲਿੱਕ ਕਰ ਦਿਓ ਜਦ ਤੱਕ, ਅਗਲੀ ਵੀਡੀਓ ਤੋਂ ਪਹਿਲਾਂ ਮੈਨੂੰ ਪਤਾ ਲੱਗ ਜਾਣਾ ਕਿੱਥੋਂ ਅਤੇ ਕਿਹਨੇ ਕਲਿੱਕ ਕੀਤਾ। ਕਲਿੱਕ ਕਰ ਦਿਓ ਅਤੇ ਕੈਨੇਡਾ ਦੇ ਵੀਜ਼ਿਆਂ ਦੇ ਬਾਰੇ ਵੀ ਦੱਸਦਾ। ਹਾਂਜੀ, ਲਵੀ ਬਰਾੜ ਜੀ, 1 ਦਿਨ 'ਚ ਤੁਸੀਂ 5-7 ਵਾਰੀ ਕਲਿੱਕ ਕਰਿਆ ਕਰੋ, ਜਿੱਦਾਂ ਹੁਣ ਕੀਤਾ, 2 ਘੰਟੇ ਬਾਅਦ, ਫਿਰ 2 ਘੰਟੇ ਬਾਅਦ, ਇੱਕੋ ਹੀ ਵਾਰ ਨਾ ਕਰ ਦਿਆ ਕਰੋ, 40-50 ਵਾਰ, ਹੈ ਨਾ। ਅਤੇ ਟਵਿੱਟਰ 'ਤੇ ਵੀ ਆਇਆ ਕਰੂੰਗਾ, ਅਤੇ ਮੈਂ ਲੱਗਾ ਪਿੱਛੇ ਬੈੱਡ 'ਤੇ ਸੌਣ ਭਰਾਵੋ, ਮੈਨੂੰ ਆ ਗਈ ਨੀਂਦ। ਅਤੇ ਮਿਲਦੇ ਹਾਂ ਜੀ, 1 ਘੰਟੇ ਤੱਕ ਫੇਰ ਲਾਈਵ ਆਉਣਾ। ਸਾਰਿਆਂ ਸਤਿ ਸ਼੍ਰੀ ਅਕਾਲ, ਭਿੱਡ ਨਾਲ ਇੰਦੀ ਸਾਲ ਮੁੰਡਾ ਡੱਬਿਆਂ ਦਾ ਪਿੰਡ ਨਰੂੜ ਵਾਲਾ, ਕਲਿੱਕ ਜ਼ਰੂਰ ਕਰ ਦਿਓ ਅਤੇ ਵੀਡੀਓ ਸ਼ੇਅਰ ਕਰ ਦਿਓ, ਫਿਰ ਆਉਣਾ 1/2 ਘੰਟੇ ਤੱਕ ਲਾਈਵ। ਓਕੇ ਜੀ, ਸਤਿ ਸ਼੍ਰੀ ਅਕਾਲ।